ਇਹ ਸਾਰੀ ਸਟੰਟਬਾਜ਼ੀ ਹੈ ਜੀ। ਪਹਿਲੀ ਗੱਲ ਤਾਂ ਇਹਨੂੰ ਪੰਥਕ ਸਰਕਾਰ ਹੀ ਨਹੀਂ ਕਹਿਣਾ ਚਾਹੀਦਾ। ਉਹਦਾ ਕਾਰਨ ਇਹ ਹੈ, ਪੰਥਕ ਸਰਕਾਰਾਂ ਹੁੰਦੀਆਂ ਜਿਹੜੀਆਂ ਪੰਥ ਦੇ ਭਲੇ ਲਈ, ਪੰਥ ਦੀ ਬਿਹਤਰੀ ਲਈ, ਪੰਥ ਦੀ ਖਾਤਰ ਪੰਥ ਵੱਲੋਂ ਹੀ ਹੁੰਦੀਆਂ ਨੇ। ਜਦੋਂ ਤਾਂ ਇਹਨਾਂ ਨੇ ਕੋਈ ਆਪਣਾ ਮਸਲਾ ਖੜਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ, ਉਦੋਂ ਇਹਨਾਂ ਨੇ ਪੰਥ ਨੂੰ ਖਤਰੇ ਦਾ ਹੋਕਾ ਲਾ ਕੇ ਜਵਾਨੀਆਂ ਜਿਹੜੀਆਂ ਵਿਹੜੇ ਵਿੱਚ ਲਿਆ ਕੇ ਜ਼ਾਲਮਾਂ ਦੀ ਹਿੱਕ ਵਿੱਚ ਇਹਨਾਂ ਨੇ ਉਹਨਾਂ ਕੋਲੋਂ ਗੋਲੀਆਂ ਮਰਵਾ ਕੇ ਖਤਮ ਕਰਵਾ ਦੇਣਾ। ਜਦੋਂ ਕੱਲ ਕਿਤੇ ਪੰਥ ਦੇ ਭਲੇ ਦੀ ਗੱਲ ਕਰਨੀ ਹੋਵੇ, ਉਦੋਂ ਇਹਨਾਂ ਨਾਲ ਪੰਥ ਦਾ ਵਾਸਤਾ ਨਹੀਂ। ਤੁਸੀਂ ਕਦੇ ਧਿਆਨ ਨਾਲ ਜੇਕਰ ਸੁਣਿਓ, ਪਿਛਲੇ ਸਮੇਂ ਚ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕਿਹਾ ਸੀ, ਜਦੋਂ ਸਿੱਖਾਂ ਨੇ ਇਤਰਾਜ਼ ਕੀਤਾ ਸੀ ਵੀ ਅਕਾਲੀ ਦਲ ਹੈ ਤੇ ਪੱਤਤ ਬੰਦਿਆਂ ਨੂੰ ਤੁਸੀਂ ਅਕਾਲੀ ਦਲ ਚ ਕਿਵੇਂ ਲੈ ਕੇ ਆ ਰਹੇ ਹੋ, ਇਹਨੇ ਕਿ ਸ਼ਰਮਾ ਜੀਰਕਪੁਰ ਦਾ ਰਹਿਣ ਵਾਲਾ ਉਹ ਅਕਾਲੀ ਦਲ ਚ ਕਿਵੇਂ ਆ ਸਕਦਾ, ਅਕਾਲੀ ਦਲ ਦੀ ਇੱਕ ਮਰਿਆਦਾ ਹੈ। ਠੀਕ ਹੈ, ਇਹਨਾਂ ਨੇ ਆਖਿਆ ਸੀ ਵੀ ਇਹ ਅਕਾਲੀ ਦਲ ਪੰਥਕ ਨਹੀਂ ਹੈ, ਇਹ ਅਸਲ ਚ ਪੰਜਾਬੀਆਂ ਦੀ ਪਾਰਟੀ ਹੈ। ਤੁਸੀਂ ਪਿਛਲੇ ਦੇ ਸਮੇਂ ਦੀ ਸ਼ਬਦਾਵਲੀ ਧਿਆਨ ਵਿੱਚ ਰੱਖਿਓ, ਇਹ ਲੋਕ ਬਦਲਦੇ ਆ ਜਦੋਂ ਲੋੜ ਪਈ ਤਾਂ ਪੰਜਾਬੀਆਂ ਦੀ ਪਾਰਟੀ, ਲੋੜ ਪਈ ਤਾਂ ਪੰਥ ਦੀ ਗੱਲ ਕਰ ਲੈਂਦੇ। ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਇਹ ਪੰਥਕ ਸਰਕਾਰ ਨਹੀਂ ਹੈ, ਇਹਨੇ ਪੰਥ ਦੇ ਲਈ ਕੁਝ ਵੀ ਨਹੀਂ ਕੀਤਾ। ਅਗਲੀ ਗੱਲ ਇਹ ਸਾਂਝੀ ਕਰਨੀ ਚਾਹੁੰਦਾ ਇਹਦੇ ਨਾਲ ਵੀ ਅੱਜ ਸਾਨੂੰ ਇਸ ਗੱਲ ਪ੍ਰਤੀ ਸੁਚੇਤ ਹੋਣਾ ਚਾਹੀਦਾ, ਇਹ ਜਿਹੜਾ ਕੁਝ ਕਰ ਰਹੇ ਹੈ ਉਹ ਇੱਕ ਰਾਜਨੀਤੀ ਦੇ ਪਰਦੇ ਥੱਲੇ ਕਰ ਰਹੇ ਹੈ। ਸੌਦਾ ਸਾਧ ਨੇ ਜੋ ਕੁਝ ਕੀਤਾ ਉਹਨੂੰ ਸਿੱਖੀ ਸਿਧਾਂਤਾਂ ਮੁਤਾਬਕ ਤੁਸੀਂ ਫਤਵਾ ਜਾਰੀ ਕਰਦੇ ਹੋ, ਲੇਕਿਨ ਦੁਬਾਰੇ ਉਹਦੀ ਮਿਹਨਤ ਕਰਨ ਦੀ ਲੋੜ ਨਹੀਂ ਵੀ ਤੂੰ ਮਾਫ਼ੀ ਮੰਗ। ਸਿੱਖੀ ਕਿਸੇ ਦੀ ਵਿਸਾਖੀਆਂ ਤੇ ਨਹੀਂ ਤੁਰੀ, ਸਿੱਖੀ ਆਪਣੇ ਕਦਮਾਂ ਤੇ ਤੁਰਦੀ ਹੈ। ਜੇ ਉਹਨੇ ਅਜਿਹਾ ਕੀਤਾ ਵੀ ਹੈ ਤਾਂ ਇਹਨਾਂ ਨੂੰ ਸਿੱਖੀ ਦੇ ਉਸ ਨਜ਼ਰੀਏ ਨਾਲ ਵਿਚਾਰਨਾ ਚਾਹੀਦਾ ਸੀ। ਇਹ ਸਿਰਫ ਲੋਕਾਂ ਦੀ ਸਟੰਟਬਾਜ਼ੀ ਹੈ, ਇਹਨਾਂ ਲੋਕਾਂ ਦੀ ਜਿਹੜੇ ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਤੁਰੇ ਹੋਏ, ਪਰ ਅਜੋਕੇ ਸੋਸ਼ਲ ਮੀਡੀਏ ਨੇ ਇਹਨਾਂ ਦੀਆਂ ਕਰਤੂਤਾਂ ਘਰ ਘਰ ਤੱਕ ਪਹੁੰਚਾ ਦਿੱਤੀਆਂ ਤੇ ਅੱਜ ਜਿਹੜਾ ਉਹ ਸਾਡੇ ਸਾਹਮਣੇ ਬਿਲਕੁਲ ਚਿੱਟਾ ਨੰਗਾ ਸੱਚ ਸਾਡੇ ਸਾਹਮਣੇ ਹੋ ਗਿਆ। ਇਹ ਲੋਕ ਲੋੜ ਪੈਣ ਤੇ ਗਾਲ ਕੱਢ ਕੇ ਕੱਲ ਉਸੇ ਦੇ ਪੈਰਾਂ ਚ ਬੈਠ ਕੇ ਤੇ ਆਪਣੀ ਕੁਰਸੀ ਨੂੰ ਸਾਬਤ ਰੱਖਣ ਦੀ ਕੋਸ਼ਿਸ਼ ਕਰਨੇ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੀ ਕੌਮ ਨੂੰ, ਆਓ ਸਾਰੇ ਇਕੱਠੇ ਹੋਈਏ, ਜਿੱਥੇ ਸਿੱਖਾਂ ਦੇ ਲਹੂ ਦਾ ਪੋਚਾ ਮਾਰ ਕੇ ਕੋਈ ਹਾਕਮ ਆਪਣੀ ਕੁਰਸੀ ਡਾ ਕੇ ਬਹਿੰਦਾ ਤਾਂ ਮੈਂ ਸਮਝਣਾ ਅਸੀਂ ਵੀ ਅਵੇਸਲੇ ਹਾਂ। ਆਪਣੀ ਹਿੱਕਾਂ ਤੇ ਮੈਂ ਕੁਰਸੀਆਂ ਨਾ ਡਾਉਣ ਦੇਈਏ, ਕਿਸੇ ਪੰਥ ਦੇ ਦਰਜੀ ਨੂੰ ਇਸ ਤਖ਼ਤ ਦੇ ਉੱਤੇ ਬਿਠਾਈਏ ਤਾਂ ਕਿ ਉਹ ਕੱਲ ਕੌਮ ਦੀ ਭਵਿੱਖ ਦੀ ਜਿਹੜੀ ਗੱਲ ਆ ਉਹ ਚੰਗੇ ਢੰਗ ਨਾਲ ਕਰ ਸਕੇ। ਅਸੀਂ ਸਿੱਖੀ ਦਾ ਜਿਹੜਾ ਭਵਿੱਖ ਹੈ ਉਹ ਉਜਲਾ ਹੋਇਆ ਵੇਖਣਾ ਚਾਹੁੰਦੇ ਹਾਂ। ਸੰਗਤ ਦੀ ਤੁਸੀਂ ਇਕੱਠੇ ਹੋਣ ਦੀ ਗੱਲ ਕੀਤੀ ਹੈ, ਜਦੋਂ ਜਿਹੜੇ ਸਾਡੇ ਲੀਡਰ ਲੋਕ ਹੈਗੇ ਨੇ ਉਹ ਸਾਨੂੰ ਹਨੇਰੇ ਦੇ ਵਿੱਚ ਰੱਖ ਰਹੇ ਆ, ਸੰਗਤ ਫਿਰ ਕਿਵੇਂ ਇਕੱਠੇ ਹੋਵੇ, ਇਕੱਠੇ ਹੋਣ ਨਹੀਂ ਦਿੱਤਾ ਜਾ ਰਿਹਾ, ਇਹ ਹੰਭਲਾ ਕਿਵੇਂ ਇਕਜੁੱਟ ਹੋ ਕੇ ਮਾਰਿਆ ਜਾ ਸਕਦਾ? ਕਿਉਂਕਿ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਕੋਈ ਮਿਸ਼ਨਰੀ ਦੱਸਦਾ ਹੈ, ਕੋਈ ਦਮਦਮੀ ਟਕਸਾਲ ਦੇ ਦੱਸਦੇ ਨੇ, ਤਾਂ ਇਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਜਦੋਂ ਬਣਦੀ, ਫਿਰ ਆਪਾਂ ਇੱਕ ਸੰਗਤਾਂ ਵੀ ਉਹਨਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਵੱਖ ਵੱਖ ਸੰਸਥਾਵਾਂ ਦੇ, ਫਿਰ ਸੰਗਤਾਂ ਇਕੱਠੀਆਂ ਕਿਵੇਂ ਹੋ ਸਕਦੀਆਂ? ਜੀ ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਨੇ ਤਾਂ ਇਕੱਠੀਆਂ ਹੋਣ ਨਹੀਂ ਦੇਣਾ ਜੀ। ਪਰ ਦੂਜੀ ਗੱਲ ਇਸ ਗੱਲ ਚ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਆਪਾਂ ਨੂੰ ਥੋੜਾ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਹੁਤ ਵਧੀਆ ਗੱਲ ਤੁਸੀਂ ਕੀਤੀ, ਪਿਛਲੇਰੇ ਸਮੇਂ ਦੇ ਵਿੱਚ ਇਹਨਾਂ ਪ੍ਰਚਾਰਕਾਂ ਦੀ ਮਿਹਨਤ ਨੇ ਇਹੋ ਜਿਹਾ ਰੰਗ ਲਿਆਂਦਾ ਹੈ ਭਈ ਅੱਜ ਜਿਹੜੀ ਸੰਗਤ ਉਹ ਸੁਚੇਤ ਹੋ ਗਈ ਹੈ, ਅੱਜ ਲੋਕ ਜਵਾਬ ਇਹ ਲੋਕ ਜਵਾਬਦੇਹ ਬਣ ਗਏ ਹੈ ਸਿੱਖ ਸੰਗਤ ਲਈ। ਸਿੱਖਾਂ ਪ੍ਰਚਾਰਕਾਂ ਨੇ ਏਡੀ ਮਿਹਨਤ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇੱਕ ਵਾਰੀ ਸਮੁੱਚੀ ਸਿੱਖ ਕੌਮ ਨੂੰ ਸੜਕਾਂ ਤੇ ਜਾ ਕੇ ਬਿਠਾ ਦਿੱਤਾ। ਇਹ ਗੱਲ ਵੱਖਰੀ ਵੀ ਅਸੀਂ ਉਹ ਵਕਤ ਨੂੰ ਸੰਭਾਲ ਨਹੀਂ ਪਾਏ,
ਪਰ ਇੱਕ ਵੱਖਰਾ ਪੱਖ ਹੈ, ਪਰ ਪ੍ਰਚਾਰਕਾਂ ਦੀ ਮਿਹਨਤ ਨੇ ਲਿਆ ਕੇ ਦੱਸ ਦਿੱਤਾ। ਮੇਰਾ ਖਿਆਲ ਹੈ ਇਤਿਹਾਸ ਵਿੱਚ ਪਹਿਲਾ ਵਕਤ ਆਇਆ ਜਦੋਂ ਪ੍ਰਚਾਰਕਾਂ ਸਿਰ ਕੌਮ ਦੀ ਜ਼ਿੰਮੇਵਾਰੀ ਆਈ ਹੈ ਤੇ ਕਿਸੇ ਕੌਮ ਨੇ ਪ੍ਰਚਾਰਕਾਂ ਦੇ ਮੂੰਹਾਂ ਵੱਲ ਦੇਖਿਆ ਤੇ ਪ੍ਰਚਾਰਕਾਂ ਨੇ ਇਮਾਨਦਾਰੀ ਨਾਲ ਨਿਭਾਇਆ, ਭਾਵੇਂ ਉਹਦੇ ਚ ਬਹੁਤੀ ਕਾਮਯਾਬੀ ਸਾਨੂੰ ਨਹੀਂ ਮਿਲੀ,